ऐसा नाम निरंजन हो, ऐसा नाम निरंजन हो, ऐसा नाम, ऐसा नाम निरंजन। Oh, no.
ਸਤਿ ਮੁਰਤਾਇ ਦਸਾਂ ਪਾਤਸ਼ਾਹ ਜੋਤ ਧੰਨ ਧੰਨ ਗੁਰੂ ਸਾਹਿਬ ਜੀ ਦੇ ਪਾਰ ਦਰਸ਼ਨ ਦੀ ਦਾਤ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿ ਸਿੱਧਰ ਚਰਨਾਂ ਤੋਂ ਦਾਤ ਕੇ ਪਾਤਸ਼ਾਹ ਜੀ ਆਦਿ ਦਾਤ ਕਥਾ ਕੀਰਤਨ ਚਰਨ ਕਰਨਾ ਆਤਮ ਸੁਖ ਵਰਤ ਕਰਨਾ ਸ਼ਾਂਤੀ ਵਰਤ ਕਰਨੀ ਕਰਨੀ ਕਲਿਆਣ ਕਰਨੀ ਆਪਣੇ ਸਰੀਰ ਨੂੰ ਕਰਨਾ ਵਰਤਾਉਣੀ ਭਾਣੋਸ਼ ਕਰਨਾ ਅਰਦਾਸ ਮਨਜੂਰ ਕਰਨੀ ਭੁੱਲ ਚੁੱਕ ਮਾਫ਼ ਕਰਨੀ ਦੋ ਰਾਜੀ ਜਾਵੇ ਨਾਨਕ ਨਾਮ ਕਰਨੀ ਕਲਾ ਸੰਸਾਰ ਦੇ ਵਿੱਚ ਵੱਡੇ ਤੋਂ ਵੱਡੇ ਕਮਰੇ ਦੇ ਕਮਰੇ ਲੋਕ ਆਏ ਹਨ। ਗੁਲਾਬ ਸਿੰਘ ਦਾ ਕਥਨ ਹੈ ਜਿੰਦਗੀ ਉਸ ਕਰਤੇ ਦੀ ਬਹੁਤ ਹੀ ਸੁੰਦਰ ਰਚਨਾ ਪਿਆਰੀ ਰਚਨਾ ਬਾਪੂ ਕਰਤਾਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹੈ। ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਾਪ ਸ਼ੁਰੂ ਹੋਏ ਸਨ। ਅੱਜ ਉਹਨਾਂ ਦਾ ਨਿਰਗਤਾ ਸਾਹਿਬ ਭੋਗ ਪਿਆ। ਉਸ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਦੇ ਅੱਜ ਅਸੀਂ ਬਾਪੂ ਕਰਤਾਰ ਸਿੰਘ ਜੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਰੇ ਇਕੱਠੇ ਹੋਏ ਹਾਂ। ਮੇਰੇ ਤੋਂ ਪਹਿਲਾਂ ਸਰਦਾਰ ਤਰਨ ਸਿੰਘ ਨੇ ਤੁਹਾਨੂੰ ਉਹਨਾਂ ਬਾਰੇ ਦੱਸਿਆ। ਆਦਮੀ ਇਸ ਸੰਸਾਰ ਵਿੱਚ ਚੱਲਦਾ ਰਹਿੰਦਾ, ਜੈਸੇ ਕੰਮ ਕਰਦਾ ਵੈਸੇ ਹੀ ਤਰੀਕੇ ਨਾਲ ਦੁਨੀਆਂ ਯਾਦ ਕਰਦੀ ਹੈ। ਬਾਪੂ ਕਰਤਾਰ ਸਿੰਘ ਜੀ ਦੀ ਜੀਵਨੀ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਵਾਸੀਆਂ ਲਈ ਇੱਕ ਚਾਨਣ ਮਨਾਰਾ ਹੈ। ਉਹ 103 ਸਾਲ ਦੀ ਆਯੂ ਹੋ ਕੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਮੇਰੇ ਪਿਤਾ ਸ਼੍ਰੀ ਸਰਦਾਰੀ ਭੇਟ ਕਰਨ ਵਾਸਤੇ। ਉਹਨਾਂ ਦੀ ਅਖੰਡ ਪਾਠ ਸ਼ੁਰੂ ਕਰਵਾਏ ਦਾ ਭੋਗ ਪਿਆ ਅਤੇ ਵੱਖ ਵੱਖ ਕੀਰਤੀਆਂ ਨੇ ਕੀਰਤਨੀਆਂ ਨੇ ਕਥਾ ਕੀਤੀ ਹੈ, ਕੀਰਤਨ ਕੀਤਾ। ਪਿਤਾ ਸ਼੍ਰੀ ਦਾ ਜਨਮ ਸਮੁੱਚੀ ਸਾਰ ਸੇਵਾ ਦਾ ਸਨੇਹੀ ਦਾਏ ਝੂਠੀ ਦੇ ਨਹੀਂ।
जान ले हो
चलो लिया कोई बात नहीं सैम ले आ लिया Yeah.
ਸ਼ਾਮ ਘਾਟ ਤੇ ਜਾਣ ਤੋਂ ਪਹਿਲਾਂ ਮੇਰਾ ਮਨ ਜਿਹੜਾ ਨਿਰੰਕਾਰ ਦੇ ਘਰ ਵਿੱਚ ਚਲਾ ਗਿਆ।
Oh.
जिनके चापन कोसन से सब सैल कटोर धरे धर्म आए। उस तो बाद राजा प्रभु होया। राजा प्रभु बड़ा बली सी, तीर निशाने भी उसके बड़े तगड़े सी। कहन लगे जदों संसार की पसों हुई, जो जीवन बसों की बारी आई तो कहन लगे कि जो पहाड़ सी ना, जदों धरती से फिरते थी तो जीवन के जो मकान जो कुछ किसी ढा के नहीं कर देते थे, कुछ नहीं सी बचता। पंडित गुलाब सिंह कहते हैं जिनके चापन कोसन थे, चापन कमान थे कोसन थी, उसने पहाड़ा के खंप कट के एक थान कट्ठे कर दिए। कहन लगे मेनका नाम का पहाड़ आज भी लुकिया बैठा है, उसके करके एक उसका भव है। फिर कहन लगे जमराज करे जिनके बल दे, सुरजाज करे जिनके बल माए। कहन लगे जेड़ा रावण सी उसका पुत्र जेड़ा वेघना सी किन्ने बल वाला होना है, जिसने सात बारी इंद्र नु जितना किया। सुरराज जेड़ा देवतियां का राजा इंद्र है, उन्हें सात बारी उसने जितया। तो इंद्र उस तो डरता जंगलों के बच्चे लुकया। जमराज करे जिनके बल से, और कहने लगे जरा रावण से, रावण भी इन्ना बल वाला सी कि काल में अपने पावे के नाल बनिया गया। गुरबाणी पत्र ने पैर मारता जा कि तब तक रसोई बैसन जब कपड़े धो। इंद्र भर के उसे छिड़काव करते थे, बैमाता रसोई तपती थे। आप जी संसार के जीवन साड़ती है तो उसकी रसोई तपती। एडे एडे दल बल वाले संसार में नहीं रहे, ये तुच्छ जीव की ताकत है। वास्तव में संसार आके इंसान इधर तक पहुंच जाता है कि जान का जी नहीं लगता। गुरु साहब कहने लगे ऐ जीव ये तो अपने आप को सफल करना चाहना है संसार आके, तो फिर करना की है तू? ये जरा मानक जन्म है ना, एक बहुत अमोलक है, इतना अमोलक है इस देही को सिमरै देव सो देही भाई हर किसी। देवते भी जेड़े है वो प्रभु के अगे आराधना करते हैं कि ऐ प्रभु सानू भी मानस देही दे, इस देही दे विच आ के असी कर्म कांड करिए और तेरा सिमरन करिए। महाराज कहते इस बोड़ी के जो नर चूकै तो आए जाए दुख पाए। भाव इस जो मानस देही है इसके बिच केवल तो केवल जिस तरह कह लो एक उम्मीद है किसी ने मित लानी है, कह देना जी मेरी बारी आई। पौड़ी का मतलब ये डूम ये बारी आई। और जो इंसान संसार के बिच फस के जो अपने जीवन में गवा लेता है तो फिर होता की है बेअर्थ चला जाता। सतगुरु कहते एक हर के नाम बिल, एक हरी के नाम बगैर
ਇਹ ਜੀਵਨ ਸਫਲ ਨਹੀਂ ਹੈ। ਸਾਧ ਸੰਗਤ ਸਮੇਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਮੈਂ ਬਹੁਤ ਕੁਛ ਨਹੀਂ ਕਹਿਣਾ ਤਾਂ ਮੈਂ ਇੱਥੇ ਹੀ ਆਪਣੇ ਸੰਗਤਾਂ ਨੂੰ ਵਿਸਰਾਮ ਦਿੰਦਾ। ਸਤਿਗੁਰ ਕਿਰਪਾ ਉਸ ਕਰਤੇ ਦੀ ਬਹੁਤ ਹੀ ਸੁੰਦਰ ਰਚਨਾ ਪਿਆਰੀ ਰਚਨਾ ਬਾਪੂ ਕਰਤਾਰ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹੈ। ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਜਾਪ ਸ਼ੁਰੂ ਹੋਏ ਸਨ। ਅੱਜ ਉਹਨਾਂ ਦਾ ਨਿਰਗ੍ਰਹਿਤਾ ਸਾਹਿਬ ਭੁੱਖ ਪਿਆ ਹੈ। ਉਸ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਦੇ ਅਰਜੀ ਰਾਗੀ ਉਹਨਾਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਯਾਦ ਕੀਤਾ। ਉਸ ਤੋਂ ਬਾਅਦ ਆਪ ਦੀ ਸੰਗਤ ਦੇ ਬੱਚੇ ਡਾਕਟਰ ਹਰਜਸਪ੍ਰੀਤ ਸਿੰਘ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ। ਉਸ ਤੋਂ ਬਾਅਦ ਬੀਬੀ ਦਰਸ਼ਨ ਕੌਰ ਜੀ ਨੇ ਸੰਤਾਂ ਨੂੰ ਮਨੋਹਰ ਵਚਨਾਂ ਦੁਆਰਾ ਯਾਦ ਕੀਤਾ ਹੈ। ਬੜੇ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਅਗਾਂਹ ਗੁਰਮਤ ਦੇ ਧਾਰਮਿਕ ਹੋ ਰਹੇ ਹਨ। ਇਹ ਛੋਟੀ ਛੋਟੀਆਂ ਬੱਚੀਆਂ ਜੋ ਮੌੜਾਂ ਦੇ ਪਰਿਵਾਰ ਦੀਆਂ ਹਨ, ਸਰਦਾਰ ਗੁਰਜਿੰਦਰ ਸਿੰਘ ਉਹਨਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਦੇ ਬੱਚੇ ਬਹੁਤ ਸੋਹਣਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਸਾਨੂੰ ਸਾਰਿਆਂ ਨੂੰ ਉਸ ਅਕਾਲ ਪੁਰਖ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੀਦਾ ਜਿਸ ਨੇ ਸਾਨੂੰ ਸਿੱਖ ਧਰਮ ਦੇ ਸਿੱਖ ਗ੍ਰਹਿਆਂ ਦੇ ਵਿੱਚ ਜਨਮ ਲੈਣ ਦਾ ਅਵਸਰ ਪ੍ਰਦਾਨ ਕੀਤਾ। ਅਸੀਂ ਬਹੁਤ ਹੀ ਵਡਭਾਗੀ ਹੈ ਕਿ ਸਾਨੂੰ ਜੰਮਦਿਆਂ ਹੀ ਗੁਰੂ ਦੀ ਪ੍ਰਾਪਤੀ ਹੋਈ ਹੈ। ਇਹ ਬਹੁਤ ਹੀ ਵੱਡੇ ਕਰਮ ਹਨ ਸਾਡੇ। ਫਿਰ ਜੇ ਇਸ ਅਜਿਹਾ ਜਨਮ ਲੈ ਕੇ ਫਿਰ ਵੀ ਅਸੀਂ ਭਟਕਦੇ ਫਿਰੀਏ, ਦੇਹ ਧਾਰੀਆਂ ਦੇ ਮਗਰ ਘੁੰਮਦੇ ਫਿਰੀਏ, ਐਸਾ ਗੁਰੂ ਜੋ ਜਗ ਕਾਰਕ ਹੈ, ਜਿਸ ਦੇ ਮਨੋਹਰ ਵਚਨ ਸਾਰੇ ਜਨ ਕਲਿਆਣ ਦਾ ਸਾਧਨ ਹਨ, ਉਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਸ ਰੱਖਣੀ ਚਾਹੀਦੀ ਹੈ। ਬਾਪੂ ਕਰਤਾਰ ਸਿੰਘ ਜੀ ਇੱਕ ਅਜਿਹੀ ਸ਼ਖਸੀਅਤ ਇਸ ਦੁਨੀਆਂ ਵਿੱਚ ਆਈ ਜਿਸ ਨੇ ਸਾਰਾ ਜੀਵਨ ਬੜਾ ਸੰਘਰਸ਼ ਕੀਤਾ, ਆਪਣੇ ਪਿਤਾ ਦੇ ਨਾਲ ਖੇਤੀ ਕੀਤੀ, ਦੋ ਸਰਵਿਸ ਕੀਤੀਆਂ ਤੇ ਇਹਨਾਂ ਨੂੰ ਇੱਕ ਬਹੁਤ ਹੀ ਯੋਗ ਜੀਵਨ ਸਾਥੀ ਇਹ ਗੱਲ ਲੱਗੀ ਹੈ ਕਿ ਮਤਲਬ ਕੋਈ ਚੰਗੇ ਸੁਭਾਅ ਹੋਣ ਤੇ ਭੱਠੀਆਂ ਪਰਿਵਾਰ ਤੋਂ ਮਾਤਾ ਤੇਜ ਕੌਰ ਜੀ ਇਸ ਪਰਿਵਾਰ ਦਾ ਹਿੱਸਾ ਬਣੇ। ਐਸੀਆਂ ਮਹਿਕਾਂ ਖਿਡਾਈਆਂ ਕਿ ਅੱਜ ਤੱਕ ਉਸ ਪਲਵਾੜੀ ਤੋਂ ਉਸ ਪਲਵਾੜੀ ਦੀ ਮਹਿਕ ਜਿਹੜੀ ਹੈ ਉਹ ਸਾਰੇ ਪਾਸੇ ਪਸਰੀ ਹੋਈ ਹੈ। ਬਾਪੂ ਕਰਤਾਰ ਸਿੰਘ ਉਹਨਾਂ ਨੇ ਗੁਰੂ ਘਰ ਦੀ ਜੋ ਸੇਵਾ ਕੀਤੀ ਹੈ ਉਹ ਕੋਈ ਉਹਨਾਂ ਦੇ ਵੱਸ ਦਾ ਰੋਲ ਨਹੀਂ ਸੀਗਾ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਕੋਲੋਂ ਸੇਵਾ ਲੈਣਾ ਚਾਹੁੰਦਾ ਹੋਵੇ ਉਹ ਕੋਈ ਸਾਧਨ ਬਣਾਉਂਦਾ ਹੈ ਤੇ ਉਹਦੇ ਕੋਲੋਂ ਸੇਵਾ ਲੈਂਦਾ ਹੈ। ਕੋਈ ਜਿਵੇਂ ਕਿ ਬਹੁਤ ਹੀ ਮਤਲਬ ਪਰਮਾਤਮਾ ਦਾ ਭਗਤ ਸੀ ਤੇ ਇੱਕ ਬਹੁਤ ਜ਼ਿਆਦਾ ਹੜ੍ਹ ਦੇ ਵਿੱਚ ਫਸ ਗਿਆ
ਤੇ ਉਹਦੀ ਇਹ ਇੱਛਾ ਹੋਈ ਕਿ ਭਗਵਾਨ ਮੈਨੂੰ ਆਪ ਆਣ ਕੇ ਲੈ ਜਾਵੇਗਾ ਤੇ ਮੈਂ ਜਾਵਾਂਗਾ, ਉਦਾਂ ਦੇ ਮੈਂ ਨਹੀਂ ਜਾਣਾ। ਤਿੰਨ ਵਾਰੀ ਇੱਕ ਬੇੜੀ ਲੈ ਕੇ ਬੰਦਾ ਆਇਆ ਕਿ ਪਾਣੀ ਵੱਧਦਾ ਜਾ ਰਿਹਾ ਤੇ ਬੇੜੀ ਬਹਿ ਜਾ, ਉਹ ਬੇੜੀ ਚ ਨਹੀਂ ਬੈਠਾ, ਆਖਰ ਵਗ ਗਿਆ। ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਉਹ ਨਿਹੋਰਾ ਮਾਰ ਕੇ ਕਹਿਣ ਲੱਗਾ ਵੀ ਮੈਂ ਐਡਾ ਵੱਡਾ ਸੇਵਕ ਸੀ ਤੁਹਾਡਾ, ਤੁਸੀਂ ਮੇਰਾ ਕੋਈ ਯਾਦ ਹੀ ਨਹੀਂ ਕੀਤਾ। ਤੇ ਗੁਰੂ ਮਹਾਰਾਜ ਨੇ ਉਸ ਪਰਮਾਤਮਾ ਨੇ ਅਕਾਲ ਪੁਰਖ ਨੇ ਕਿਹਾ ਕਿ ਮੈਂ ਬਈ ਤੈਨੂੰ ਰੂਪਾਂ ਦੇ ਵਿੱਚ ਤੇਰੇ ਕੋਲ ਆਇਆ ਸੀ, ਪਰ ਤੇਰੀ ਬਖਸ਼ੀ ਤੂੰ ਡੁੱਬਣਾ ਸੀ ਡੁੱਬ ਗਿਆ, ਜੇ ਤੂੰ ਉਸੇ ਦੇ ਵਿੱਚ ਮੈਨੂੰ ਦੇਖਦਾ ਤੇ ਤੇਰਾ ਇਹ ਕੰਮ ਨਾ ਹੁੰਦਾ, ਤੇਰਾ ਸ਼ਾਇਦ ਜੀਵਨ ਹੋਰ ਵੱਧ ਜਾਂਦਾ। ਸੋ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਬਾਪੂ ਕਰਤਾਰ ਸਿੰਘ ਜੀ ਤੇ ਮਿਹਰ ਕੀਤੀ। ਜਦੋਂ ਇਹ ਪਿੰਡ ਕਾਫੀ ਪਹਿਲਾਂ ਇੱਥੇ ਵਸੋਂ ਸੀਗੀ ਸੈਣੀਆਂ ਮਹੱਲੇ ਦੇ ਵਿੱਚ, ਜਿਉਂ ਜਿਉਂ ਪਰਿਵਾਰ ਵਧੇ ਤਿਉਂ ਤਿਉਂ ਇਹ ਮਹੱਲਾ ਛੱਡ ਕੇ ਸੈਣੀ ਪਰਿਵਾਰ ਜਿਹੜੇ ਹੈ ਉਹ ਸੰਤੋਖਪੁਰ ਮਹੱਲਾ ਵਿੱਚ ਵੱਸ ਗਏ। ਇੱਥੇ ਦੀ ਸੰਗਤ ਘੱਟ ਗਈ, ਆਮਦਨ ਘੱਟ ਗਈ, ਗੁਰਦੁਆਰੇ ਦੀ ਹਾਲਤ ਜਿਹੜੀ ਆ ਖਸਤਾ ਹੋ ਗਈ। ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਸੀ ਜਿੱਦਾਂ ਅੱਜ ਕੱਲ੍ਹ ਬਰਸਾਤ ਪੈਂਦੀ ਹੈ ਅਤੇ ਸਾਰੀਆਂ ਗਲੀਆਂ ਭਿੱਜਲਦੀਆਂ ਸੀ, ਗੁਰੂ ਮਹਾਰਾਜ ਦਾ ਪ੍ਰਕਾਸ਼ ਸਿਰਫ ਪਾਲਕੀ ਦੇ ਹੋਣ ਕਰਕੇ ਵੱਜਦਾ ਸੀ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਅਸੀਂ ਇਹਨਾਂ ਦੇ ਨਾਂ ਸੇਵਾ ਲਾਈ, ਇਹਨਾਂ ਨੇ ਕਈ ਸਾਥੀਆਂ ਨੂੰ ਹੁਕਮ ਦਿੱਤਾ। ਪ੍ਰਤਾਪ ਸਿੰਘ ਜੀ ਬਾਜਵਾ ਮਾਸਟਰ ਸਾਹਿਬ, ਬਾਊ ਮਹਿੰਦਰ ਸਿੰਘ ਜੀ ਤੇ ਹੋਰ ਸੰਤਾਂ ਨੇ ਇਹਨਾਂ ਦਾ ਸਹਿਯੋਗ ਕੀਤਾ। ਅਸੀਂ ਵੀ ਇੱਕ ਜਿੱਦਾਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਸੇਤੂ ਬਣਾਉਣਾ ਸੀ, ਉਸ ਵੇਲੇ ਇੱਕ ਗਲਹਿਰੀ ਵੀ ਆਪਣੇ ਕੰਨ ਤੋੜ ਚੁੱਕੇ ਤੇ ਉੱਥੇ ਸਾਹਿਬ ਆ ਰਹੀ ਸੀ। ਸਾਡੀਆਂ ਵੀ ਬਾਪੂ ਜੀ ਨੇ ਡਿਊਟੀ ਲਗਾਈ ਤੇ ਅਸੀਂ ਵੀ ਉਸੇ ਹਿਸਾਬ ਦੇ ਨਾਲ ਸੇਵਾ ਪਾਈ, ਜਿਹਨਾਂ ਨੂੰ ਹਰ ਵੇਲੇ ਗੁਰਦੁਆਰਾ ਸਾਹਿਬ ਦੀ ਸੋਚ ਰਹਿੰਦੀ ਸੀ। ਤੇ ਉਹਨਾਂ ਨੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਫੋਨ ਕੀਤੇ, ਮੈਸੇਜ ਭੇਜੇ, ਉਹਨਾਂ ਸੰਗਤਾਂ ਨੇ ਵੀ ਸੇਵਾ ਕੀਤੀ। ਭਾਵੇਂ ਕਿ ਅਜੋਕੇ ਸਮੇਂ ਦੇ ਵਿੱਚ ਐਨਆਈ ਭਰਾ ਜਿਹੜੇ ਸਾਡੇ ਹੈ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਦੀ ਥਾਂ ਤੇ ਕੁਝ ਧਾਰਮਿਕ ਲੋਕ ਜੋ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਹੈ, ਪੈਸੇ ਦਾ ਮਿਸਯੂਟੇ ਲਈ ਹੋ ਰਿਹਾ। ਗੁਰੂ ਘਰ ਦੀ ਸੇਵਾ ਜਿਹੜੀ ਹੈ ਉਹ ਜਿਹੜਾ ਪੈਸਾ ਗੁਰੂ ਘਰ ਦੇ ਵਿੱਚ ਆਉਣਾ ਸੀ ਉਹ ਉਹਨਾਂ ਲੋਕਾਂ ਕੋਲ ਜਾ ਰਿਹਾ, ਇਹ ਉਹ ਜਿਹੜੇ ਪੈਸੇ ਵਿਅਰਥ ਲਗਵਾ ਰਹੇ ਹਨ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜੋ ਗੁਰੂ ਘਰ ਦੀ ਸੇਵਾ ਉਹਦੇ ਵਿੱਚੋਂ ਤਾਂ ਤੁਹਾਨੂੰ ਕੁਛ ਦੀ ਪ੍ਰਾਪਤੀ ਹੋ ਜਾਏਗੀ, ਲੇਕਿਨ ਜਿਸ ਪਾਸੇ ਉਹ ਸੇਵਾ ਦੇ ਰਹੇ ਨੇ ਉਹ ਕੱਲ੍ਹ ਨੂੰ ਉਹਨਾਂ ਨੂੰ ਪਛਤਾਉਣਾ ਪਏਗਾ, ਕਿਉਂਕਿ ਪੰਜਾਬ ਜਿਹੜਾ ਬੜੀ ਮਿਹਨਤ ਦੇ ਨਾਲ ਇੱਥੇ ਤੱਕ ਸੂਬਾ ਜਿਹੜਾ ਸਾਡਾ ਪਹੁੰਚਿਆ, ਠੀਕ ਆ ਮਾਂ ਪਿਓ ਵੀ ਬਹੁਤ ਆਪਣੇ ਬੱਚਿਆਂ ਲਈ ਕੰਮ ਕਰਦੇ ਹੈ, ਲੇਕਿਨ ਔਲਾਦ ਦਾ ਇਹ ਹਨੇਰਾ ਹੁੰਦਾ ਕਿ ਸਾਡੇ ਲਈ ਮਾਂ ਪਿਓ ਨੇ ਕੀ ਕੀਤਾ, ਕੋਈ ਉਹ ਹਨੇਰਾ ਅੱਜ ਕੱਲ੍ਹ ਵੱਜ ਰਿਹਾ। ਅਤੇ ਮੈਂ ਸਾਧ ਸੰਗਤ ਅੱਗੇ ਬੇਨਤੀ ਕਰੂੰਗਾ ਕਿ ਪੰਜਾਬ ਦੇ ਹਿੱਤਾਂ ਨੂੰ ਆਪਣੇ ਸਾਹਮਣੇ ਰੱਖਣਾ ਚਾਹੀਦਾ। ਅਤੇ ਜਿੱਦਾਂ ਬਾਪੂ ਜੀ ਨੇ ਗੁਰੂ ਘਰ ਦੀ ਸਮਾਜ ਦੀ ਸੇਵਾ ਕੀਤੀ ਹੈ ਉਸੇ ਤਰੀਕੇ ਦੇ ਨਾਲ ਸਭ ਨੂੰ ਉਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਮੈਂ 30 ਸਾਲ ਪਹਿਲਾਂ ਇਸ ਨਗਰ ਦੇ ਵਿੱਚ ਆਇਆ ਸੀ, ਇਸ ਮੋੜਾਂ ਦੀ ਗਲੀ ਨੇ ਬਾਪੂ ਕਰਤਾਰ ਸਿੰਘ ਜੀ, ਤੇਜਾ ਸਿੰਘ ਜੀ ਮੌੜ, ਸਰਦਾਰ ਤਰਲੋਕ ਸਿੰਘ ਜੀ ਕੰਬੜ ਅਤੇ ਦੂਸਰੇ ਪਾਸੇ ਬੱਲਿਆਂ ਦਾ ਪਰਿਵਾਰ, ਇਹਨਾਂ ਨੇ ਜੋ ਮੇਰਾ ਸਹਿਯੋਗ ਕੀਤਾ, ਮੈਨੂੰ ਆਸ਼ੀਰਵਾਦ ਦਿੱਤਾ ਅਤੇ ਇਹ ਮੈਂ ਇਹਨਾਂ ਪਰਿਵਾਰਾਂ ਦਾ ਹੀ ਅੰਗ ਹੋ ਕੇ ਰਹਿ ਗਿਆ। ਮੈਂ 26-27 ਸਾਲ ਇਸ ਸ਼ਹਿਰ ਦੇ ਵਿੱਚ ਗੁਜ਼ਰ ਬਸਰ ਕੀਤਾ,
लोग मैनू इस सैनी परिवार का ही अंग समझते रहे। कई बार मैं लंघना कई ने मैं कहना सैनी साहब सत श्री अकाल जां विश करनी, तो मैं भी उस तरीके जवाब देना भावें कि मैं आप जी को पता है कि सैनी बरादरी संबंधित नहीं है, पर गुरु महाराज सच्चे पातशाह की संगत का एक किस्सा घुमाने करके मैं इन्होंने इन्ना मान दिता कि मैं इन्होंने नाल अभेदी हो गया, मैं इन्होंने परिवार का अंग बन गया। इन्ना इन्होंने मैं प्यार दिता। ये बापू जी गाए बगाए भावें गुरुद्वारे देखो जाना तो रोज़ मेरे को हाजरी भर के जाना, जिदन ना आना तो अगले दिन बापू जी को पूछना कि बापू जी किधर चले गए सी अज आए नहीं। ते वो बापू जी इस संसार को शरीर पछोड़ा दे के उस गुरु महाराज के चरणों जा बराजे हैं, तो साढ़े प्रेरणा के स्रोत हैं कि किस तरह गुरु घर की सेवा करनी, किस तरह समाज की सेवा करनी है, किस तरह अपने परिवार को अगे बढ़ाना है, प्रगति करनी है। इन्होंने बच्चे देशों विदेशों के उन्होंने नामना जरा कमा रहे हैं। सरदार गगन सिंह जी USA बहुत ही वधिया शख्सियत के मालक हैं, वो हमेशा ही गुरु घर की सेवा लिए तत्पर रहे हैं। आज भी उस बापू जी की सेवा दे करके ही उन्हां दी प्रेरणा दे करके ही 51,000 रुपया गुरु घर दे लई उन्होंने सेवा की है। सारी साध संगत वालों मैं उन्हां दा बहुत धन्यवाद करदा क्योंकि गुरु घर दे विच काफ़ी काम हो गया है, लेकिन हुण एसी बड़ी घाट सी, वह मैनूं लगदा है पैसा जिहड़ा उहदे उत्ते लाई दित्ता जाएगा। तो होर सरदार बलजिंदर सिंह जी जो अजकल कनेडा वस रहे हैं उन्होंने बहुत ही घाल घाल के बापू जी का साथ दिता। इस तो बाद सूबेदार हरजिंदर सिंह उन्होंने अज तक सेवा निभाई है, तो मैं आस करता हाँ कि सूबेदार हरजिंदर सिंह जी सारिया संगतों के सहयोग के नाल और भी अगे तो सेवा करते रहेंगे। गुरु महाराज सच्चे पातशाह उन्हां कोलों सेवा लेंदे रहेंगे। मैं सारी साध संगत का बहुत धन्यवादी हाँ। कई संगतों को असी समा नहीं दे सके सके क्योंकि काफ़ी वक्ता हैं, गर्मी बहुत है। सुरेंद्र सिंह जी सरपंच तो होर पटवंते सज्जन इस संगत के मौजूद हैं। मैं स्वामी पाल जी खोसला जो कि इस शहर के प्रधान रहे हैं उन्होंने मैं बेनती करूँगा कि वो आके उस प्यारी शख्सियत को श्रद्धा के फुल भेंट कर। स्वामी पाल जी खोसला वाहेगुरु जी का खालसा वाहेगुरु जी की फतह। अज असीं बापू करतार सिंह जी की अंतम अरदास शामिल होने लई सारे इकट्ठे हो रहे हैं। मेरे तो पहला सरदार तरनोक सिंह जी ने तुहानू उन्हां बारे दस्या। आदमी इस संसार में चलता जन्म लैंदा, जैसे कर्म करता वैसे ही तरीके नाल दुनिया याद करती है। बापू करतार सिंह जी की जीवनी साढ़े शहर में साढ़े इलाके वासियों ने एक चानन बना रहा है। वो 103 साल की आयु होके गए हैं, जिस दिन उन्होंने श्वास पूरे हुए हैं बिल्कुल ठीक। अजीत सोना उन्होंने कहा तू ठीक नहीं, दवाई ले गया। वो दवाई लैन गया आया 15 मिनट उन्होंने श्वास लेते, कोई बीमारी नहीं आई, कोई तकलीफ नहीं आई, बिल्कुल नैचुरल डेथ जिन्होंने कहने आस्ता आस्ता उन्होंने श्वास लेते। बापू करतार सिंह जी
ਜੋ ਵਰਡ ਲਾ ਸੀ ਉਸ ਵਿੱਚ ਵੀ ਹਿੱਸਾ ਲਿਆ ਅਸੀਂ ਤੇਜਾ ਸਿੰਘ ਔੜੀ ਨਾਲ ਉਹਨਾਂ ਕਰਵਾਉਂਦੇ ਸੀ ਉਹ ਪੁਰਾਣੀ ਜੋ ਉਹਨਾਂ ਕਾਪੀ ਸੀ ਦੱਸਦੇ ਸਨ ਯੂਰਪ ਔਰ ਇਰਾਕ ਦੇ ਵਕਤ ਦੇ ਵਿੱਚ ਉਹਨਾਂ ਨੇ ਜੰਗ ਲੜੀ ਦੱਸਦੇ ਸਨ ਕਿ ਜੋ ਬਗਦਾਦ ਦਾ ਹਮਲਾ ਹੋਇਆ ਉਸੀ ਇੱਕ ਤਰ੍ਹਾਂ ਕਹਿੰਦਾ ਜੀ ਮੈਂ ਆਪਣੀ ਪਿੱਠ 'ਤੇ ਆਪਣੇ ਕੰਧਿਆਂ 'ਤੇ ਤੋਲਿਆ ਉਸੇ ਬਾਅਦ ਉਹਨਾਂ ਨੇ ਇੰਡੀਅਨ ਆਰਮੀ ਦੀ ਨੌਕਰੀ ਕੀਤੀ ਪਿੰਡ ਆ ਕੇ ਗੁਰਦੁਆਰਾ ਪੰਥੀਆਂ ਅਸੀਂ ਛੋਟੇ ਹੁੰਦੇ ਸੀ ਤੁਹਾਨੂੰ ਤਰੋਕ ਸਿੰਘ ਜੀ ਨੇ ਦੱਸਿਆ ਉਹਦੇ ਜਾ ਰਹੇ ਤਰੋਚਨ ਸਿੰਘ ਕਿ ਉਹਨਾਂ ਦਾ ਹੀ ਸਰਕਾਰ ਆਪਣੇ ਪਰਿਵਾਰ ਨੂੰ ਅੱਛੀ ਸੇਧ ਦਿੱਤੀ ਆਪਣਾ ਕੰਮਕਾਰ ਕਾਰੋਬਾਰ ਵੀ ਚਲਾਇਆ ਅਤੇ ਗੁਰੂ ਘਰ ਨਾਲ ਜੁੜ ਕੇ ਗੁਰਦੁਆਰਿਆਂ ਦੀ ਸੇਵਾ ਕੀਤੀ ਨਗਰ ਦੀ ਸੇਵਾ ਕੀਤੀ ਮਰਨ ਤੱਕ ਬਿਲਕੁਲ ਕੌਂਸ਼ੀਅਸ ਹੋ ਜਾਂਦੀ ਯਾਦਾਸ਼ਤ ਤੇਜ਼ ਸੀ ਉਹਨਾਂ ਦੀ ਹੁਣ ਵੀ ਸਾਡੇ ਆਮ ਆਦਮੀ ਜਿਹੜਾ ਅਸੀਂ ਜਿਹੜੇ ਆ ਇੰਨੀ ਯਾਦਾਸ਼ਤ ਨਹੀਂ ਸਾਡੀ ਜਿੰਨੀ ਆ ਵੀ ਉਹਨਾਂ ਦੀ ਯਾਦਾਸ਼ਤ ਸੀ ਸੋ ਐਸਾ ਆਦਮੀ ਦਾ ਚਾਹੇ 103 ਸਾਲ ਦਾ ਸੀ ਆਪਣੇ ਹੋਰ ਭੋਗ ਕੇ ਗਏ ਐਸਾ ਆਦਮੀ ਜੋ ਸੰਸਾਰ ਤੇ ਸੰਸਾਰ ਤੋਂ ਜਾਂਦਾ ਹੈ ਅਸੀਂ ਸਮਝਦੇ ਹਾਂ ਸਾਡੇ ਸ਼ਹਿਰ ਲਈ ਸਾਡੇ ਇਲਾਕਿਆਂ ਲਈ ਇਹ ਬੜੀ ਵੱਡੀ ਕਾਢ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਭਾਣਾ ਬਣਨ ਦਾ ਹੱਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਇੱਕ ਗੱਲ ਹੋਰ ਭੁੱਲ ਗਿਆ ਕਿ ਹੁਣ ਤੱਕ ਰਣਜੀਤ ਸਿੰਘ ਹੋਣੀ ਬਾਪੂ ਜੀ ਦੀ ਉਂਗਲ ਫੜ ਕੇ ਹੋਏ ਹਨ ਸਭ ਤੋਂ ਜ਼ਿਆਦਾ ਘਾਟ ਜੇ ਹੈ ਇਸ ਪਰਿਵਾਰ ਨੂੰ ਅਤੇ ਰਣਜੀਤ ਸਿੰਘ ਹੋਣਾਂ ਨੂੰ ਹੈ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਨੂੰ ਉਹਨਾਂ ਨੂੰ ਉਦਮ ਬਲ ਬਖਸ਼ੇ ਅਤੇ ਸਾਰਾ ਪਰਿਵਾਰ ਜਿਹੜਾ ਉਹ ਚੜ੍ਹਦੀਆਂ ਕਲਾ ਦਾ ਜੀਵਨ ਬਸਰ ਕਰੇ ਮੈਂ ਹੁਣ ਸਰਦਾਰ ਗਗਨ ਸਿੰਘ ਹੋਣਾਂ ਨੂੰ ਬੇਨਤੀ ਕਰਾਂਗਾ ਜੋ ਆਈ ਸੰਗਤ ਦਾ ਧੰਨਵਾਦ ਕਰਨ ਸਰਦਾਰ ਗਗਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਮੇਰੇ ਪਿਤਾ ਸ਼੍ਰੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਉਹਨਾਂ ਦੇ ਅਖੰਡ ਪਾਠ ਸ਼ੁਰੂ ਕਰਵਾਏ ਦਾ ਭੋਗ ਪਿਆ ਅਤੇ ਵੱਖ ਵੱਖ ਕੀਰਤੀਆਂ ਨੇ ਕੀਰਤਨੀਆਂ ਨੇ ਕਥਾ ਕੀਤੀ ਹੈ ਕੀਰਤਨ ਕੀਤਾ ਪਿਤਾ ਸ਼੍ਰੀ ਦਾ ਜਨਮ 4 ਦਸੰਬਰ 1914 ਨੂੰ ਹੋਇਆ ਸ਼੍ਰੀ ਭਗਵਾਨ ਕੌਰ ਜੀ ਤੋਂ ਪਿਤਾ ਸਰਦਾਰ ਊਧਮ ਸਿੰਘ ਦੇ ਘਰ ਵਿੱਚ ਹੋਇਆ ਆਪ ਨੇ ਚਾਰਸ਼ਾਹ ਦੇ ਹੀ ਸਨ ਕਿ ਆਪਣੀ ਆਦਾ ਅਕਾਲ ਚਲਾਣਾ ਕਰਦੇ ਅਤੇ ਉਸ ਤੋਂ ਬਾਅਦ ਆਪਦੀ ਦੇਖਭਾਲ ਆਪਦੇ ਪਿਤਾ ਸ਼੍ਰੀ ਆਪ ਜੀ ਦੇ ਭਰਾਤਾ ਸਾਡੇ ਬਾਪੂ ਜੀ ਸਰਦਾਰ ਗੁਰਦਿਆਲ ਸਿੰਘ ਅਤੇ ਸਾਡੀ ਗੁਰਬਾਣ ਜੀ ਰਤਨ ਕੌਰ ਅਤੇ ਪ੍ਰਵੀਰ ਸਿੰਘ ਨੇ ਕੀਤੇ ਆਪ ਜੀ ਦੇ ਦੋ ਭਾਈ ਅਤੇ ਇੱਕ ਭੈਣ ਜੋ ਸਾਰੇ ਹੀ ਅਕਾਲ ਚਲਾਣਾ ਕਰ ਚੁੱਕੇ ਹਨ ਪਿਤਾ ਜੀ ਸਭ ਤੋਂ ਛੋਟੇ ਸਨ ਜਦੋਂ ਇਹ ਪਿਤਾ ਜੀ ਨੇ ਹੋਸ਼ ਸੰਭਾਲੀ ਆਪ ਆਰਮੀ ਵਿੱਚ ਭਰਤੀ ਹੋ ਗਏ ਰਿਕਸ਼ਾ ਸੈਕਿੰਡ ਵਰਲਡ ਵਾਰ 6 ਸਾਲ ਆਪ ਬਾਹਰ ਰਹੇ ਅਤੇ 1946 ਵਿੱਚ ਆਪ ਵਾਪਸ ਇੰਡੀਆ ਇੰਡੀਆ ਆਉਣ 'ਤੇ ਆਪਣੇ ਬ੍ਰਿਟਿਸ਼ ਆਰਮੀ ਤੋਂ ਰਿਜ਼ਾਈਨ ਕਰ ਦਿੱਤਾ ਅਤੇ ਘਰ ਵਿੱਚ ਖੇਤੀਬਾੜੀ ਸ਼ੁਰੂ ਕਰ ਲਿਆ
ਉਸ ਵੇਲੇ ਸਾਹਿਬ ਨੂੰ ਗੜ੍ਹ ਵਾਰ ਤੇ ਜਾਣ ਤੋਂ ਪਹਿਲਾਂ ਆਪ ਦੀ ਸ਼ਾਦੀ ਹੋ ਚੁੱਕੀ ਸੀ। ਮੇਰੇ ਵੱਡੇ ਭਰਾ ਦਾ ਜੀ ਦਾ ਜਨਮ 1940 ਵਿੱਚ ਹੋਇਆ। ਸਾਡੀ ਮਾਤਾ ਜੀ ਪਿੰਡ ਪੱਠੀਆਂ ਦੇ ਰਹਿਣ ਵਾਲੇ ਸਨ। ਦੂਜੇ ਭਰਾ ਦਾ ਗੁਰੂ ਗੋਬਿੰਦ ਸਿੰਘ ਦਾ ਜਨਮ 1948 ਵਿੱਚ ਹੋਇਆ ਅਤੇ ਤੀਸਰੇ ਭਾਈ ਰਣਜੀਤ ਸਿੰਘ ਦਾ ਜਨਮ 1950 ਅਤੇ ਦਾਸ 1956 ਹੋਇਆ। ਤਿੰਨਾਂ ਭਾਈਆਂ ਵਿੱਚੋਂ ਇੱਕ ਭਾਈ ਸਾਨੂੰ ਚੰਗੇ ਚਲਾ ਗਿਆ। ਇਹਨਾਂ ਪਿਤਾ ਜੀ ਦਾ ਦੇ ਪਰਿਵਾਰ ਵਿੱਚੋਂ ਉਹਨਾਂ ਦੇ 15 ਪੋਤੇ ਪੋਤਰੀਆਂ ਹਨ। ਇਹਨਾਂ ਪੋਤੇ ਪੋਤਰੀਆਂ ਵਿੱਚੋਂ ਅੱਗੇ ਚੱਲ ਕੇ ਉਹਨਾਂ ਦੇ 12 ਬੱਚੇ ਹਨ ਅਤੇ ਲੋਧੀ ਹਨ ਉਹ ਦਸ ਹਨ। ਟੋਟਲ ਪਰਿਵਾਰ 41 ਜੀ ਹਨ। ਉਸ ਤੋਂ ਬਾਅਦ ਪਿਤਾ ਜੀ ਰਿਟਾਇਰ ਹੋ ਗਏ 1975 ਵਿੱਚ ਅਤੇ ਘਰ ਵਿੱਚ ਖੇਤੀਬਾੜੀ ਵਿੱਚ ਮਦਦ ਕਰਨੀ ਸ਼ੁਰੂ ਕੀਤੀ। ਦਾਸ ਵੀ ਇੱਥੇ ਹੀ ਸੀ, ਛੇਤੀ ਹੀ ਮੈਂ ਇੱਥੇ ਚਲਾ ਗਿਆ ਅਤੇ ਬਿਰਧਾਸ਼ਰਮ ਗੁਰਦੁਆਰੇ ਦਾ ਸੇਵਾ ਸੰਭਾਲ ਲਿਆ। ਉਹਨਾਂ ਨੇ ਕੋਈ 25-30 ਸਾਲ ਦੁਆਰਾ ਸੇਵਾ ਕੀਤੀ, ਜਾਂ ਫਿਰ ਵੀਰ ਨਰਗੋਬਿੰਦ ਸਿੰਘ ਅਤੇ ਹੋਰ ਸਾਰੇ ਤੁਹਾਨੂੰ ਦੱਸ ਚੁੱਕੇ ਹਨ ਕਿ ਉਹਨਾਂ ਨੇ ਕੀ ਕੀਤਾ। ਇਹ ਸਭ ਕੁਛ ਪਰਮੇਸ਼ੁਰ ਦੇ ਹੁਕਮ ਵਿੱਚ ਹੀ ਹੁੰਦਾ, ਉਹਦੇ ਹੁਕਮ ਤੋਂ ਵਗੈਰਾ ਕੁਛ ਨਹੀਂ ਹੋ ਸਕਦਾ। ਕਹਿੰਦੇ ਹਨ ਨਾ ਕੋਈ ਬੁਜ਼ੁਰਗ ਨਾ ਕੋਈ ਸਿਆਣਾ, ਸਭ ਕੁਛ ਵਰਤੇ ਰੱਬ ਦਾ ਖਾਣਾ, ਕਿ ਉਹ ਤੁਹਾਡੇ ਅਮੂਲੇ ਕਰਮ ਹਨ ਉਹਨਾਂ ਦੇ ਮੁਤਾਬਕ ਹੀ ਤੁਸੀਂ ਜੇ ਸੇਵਾ ਕਰਦੇ ਹੋ ਤਾਂ ਵੀ ਉਹਦੇ ਕਰਮਾਂ ਕਰਕੇ ਕਰਦੇ ਹੋ। ਜੇ ਕੋਈ ਬੜੀਆਂ ਬੜੀਆਂ ਹੁੰਦੀਆਂ ਤੇ ਤਾਂ ਵੀ ਕਰਮਾਂ ਕਰਕੇ ਹੁੰਦੀਆਂ। ਪਰ ਸਾਨੂੰ ਬੁੱਧੀ ਹਜ਼ੂਰੀ ਵਿੱਚ ਆ ਕੇ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਜੇ ਤੁਸੀਂ ਗੁਰੂ ਦੇ ਨਾਲ ਲੱਗੋਗੇ ਤੇ ਤੁਸੀਂ ਤਾਜ਼ਾ ਹੋਗੇ, ਜੇ ਨਾ ਲੱਗੋਗੇ ਤੇ ਉਹਦਾ ਕੋਈ ਵਿਚਾਰ ਨਹੀਂ ਹੈ। ਇਹ ਘਰ, ਇਹ ਗੁਰੂ ਦੇ ਘਰ, ਇਹ ਸਭ ਬੜੇ ਬੜੇ ਦਾਤੇ ਜੋ ਸੱਜਣ ਠੱਗ ਸਨ ਉਹਨਾਂ ਨੂੰ ਦਾਤਾ, ਭੁੱਖੀਆਂ ਚੋਰ ਨੂੰ ਦਾਤਾ। ਉਹਦੇ ਹੁਕਮ ਵਿੱਚ ਚੱਲੋਗੇ ਤੇ ਸਭ ਠੀਕ, ਇਹ ਆਪਦਾ ਵਿਸ਼ਵਾਸ ਤੇ ਚੱਲੋਗੇ ਤੇ ਠੀਕ। ਇੱਥੇ ਮੈਂ ਦੇਖਿਆ ਕਿ ਲੋਕਾਂ ਦੇ ਵਿੱਚ, ਬੱਚਿਆਂ ਦੇ ਵਿੱਚ ਅੱਜ ਕੱਲ੍ਹ ਜੋ ਚੱਲਿਆ ਹੋਇਆ ਹੈ, ਨਸ਼ਾ ਕਰ ਰਹੇ ਹਨ, ਗੁਰਸਿੱਖੀ ਦੇ ਨਾਲ ਤੁਰਦੇ ਜਾਂਦੇ ਹਨ। ਅੰਤ ਵਿੱਚ ਇਹੋ ਹੀ ਹੋਣਾ ਕਿ ਜੇ ਤੁਸੀਂ ਸੁੱਖ ਚਾਹੁੰਦੇ ਹੋ ਤੇ ਗੁਰੂ ਦੇ ਨਾਲ ਲੱਗੋ, ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਤੇ ਰੱਬ ਦੇ ਪਾਣੀ ਵਿੱਚ ਚਲੋ। ਇਸ ਇਹੀ ਕਰਮ ਸਾਡੇ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਤੇ ਦਾਸ ਵੀ ਇਸੇ ਤਰ੍ਹਾਂ ਹਨ। ਜਿੱਥੇ ਮੈਂ ਰਹਿ ਰਿਹਾ ਉੱਥੇ ਵੀ ਗੁਰਦੁਆਰਾ ਸਾਹਿਬ ਬਣਾਇਆ, ਜਿਹੜੀ ਇੱਕ ਮਾਂ ਤੇ ਬਣ ਚੁੱਕੀ ਹੈ, ਦੂਸਰੀ ਅਜੇ ਥੋੜ੍ਹੀ ਦੇਰ ਲੱਗ ਜਾਵੇਗੀ। ਤਾਂ ਗੁਰੂ ਦੇ ਪਾਣੀ ਵਿੱਚ ਚੱਲ ਕੇ ਗੁਰੂ ਦੀ ਸੇਵਾ ਕਰਕੇ ਹੀ ਸਭ ਕੁਛ ਤੁਹਾਨੂੰ ਮਿਲ ਸਕਦਾ। ਜੇ ਤੁਸੀਂ ਨਾ ਕਰੋਗੇ ਤੇ ਫਿਰ ਤੁਸੀਂ ਜਾਣਦੇ ਹੀ ਹੋ ਕੀ ਹੋ ਸਕਦਾ। ਇਸ ਕਰਕੇ ਅੱਜ ਮੈਂ ਉਹਨਾਂ ਸਾਰੇ ਮੇਰੇ ਭਾਈਆਂ, ਵੀਰਾਂ, ਭੈਣਾਂ, ਮਾਤਾਵਾਂ, ਜਿਨ੍ਹਾਂ ਜਿਨ੍ਹਾਂ ਨੇ ਆ ਕੇ ਇੱਥੇ ਦਰਸ਼ਨ ਦਿੱਤੇ, ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦੀਆਂ। ਵੀਰ ਤਰਲੋਚਨ ਸਿੰਘ ਜੀ, ਹੋਰ ਮੇਰੇ ਸਾਰੇ ਭਾਈ ਜੋ ਵੀ ਆਏ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦੀਆਂ। ਮੇਰਾ ਬੜਾ ਵੀ ਯੋਗਿੰਦਰ ਸਿੰਘ ਦਿੱਲੀ ਦੇ ਚੱਲ ਕੇ ਆਇਆ, ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀਆਂ। ਹੋਰ ਮੇਰੇ ਪਤਾਂ ਦੇ ਸੱਜਣ ਸਰਪੰਚ ਸਾਹਿਬ, ਮੇਰਾ ਕਲਾਸ ਕਰ ਲਓ ਸਵਾਮੀ ਪਾਲ, ਇਹਨਾਂ ਦਾ ਸਭਨਾਂ ਦਾ ਮੈਂ ਧੰਨਵਾਦੀ। ਸਾਰਿਆਂ ਨੂੰ ਬੇਨਤੀ ਹੈ ਕਿ ਜੋ ਪਿਤਾ ਜੀ ਨੇ ਰਾਹ ਦੱਸਿਆ, ਗੁਰੂ ਦੀ ਸੇਵਾ ਕੀਤੀ, ਸਾਰੇ ਹੀ ਲੋਕ ਰਾਹ ਚੱਲਣ ਅਤੇ ਗੁਰੂ ਵਾਲੇ ਬਣ ਅਤੇ ਖੁਸ਼ੀਆਂ ਪ੍ਰਾਪਤ ਕਰ। ਫੁੱਲ ਚੁਲੀ ਨਵਾਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ।
ਸਮੁੱਚੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਪ੍ਰਸ਼ਾਦ ਵੰਡਿਆ ਜਾਏਗਾ, ਉਸ ਲੰਗਰ ਤਿਆਰ ਹੈ, ਸਾਰੀ ਸੰਗਤ ਨੇ ਲੰਗਰ ਛਕ ਕੇ ਜਾਣਾ ਹੈ। ਸਰਪੰਚ ਮਗਰੋਂ ਉਠਾਈ ਜਾਂਦਾ ਨੇ ਸਾਡਾ ਵਾਹਿਗੁਰੂ